ਸਤਿ ਸ਼੍ਰੀ ਅਕਾਲ ਸਟੂਡੈਂਟਸ ਮੈਂ ਹਨਵਨੀਤ ਵੈਲਕਮ ਟੂ ਫਤੇਆਡੂਕਮ ਸੋ ਬੜੇ ਬੱਚਿਆਂ ਦੀ ਇਨਕੁਆਰੀਜ਼ ਆ ਰਹੀਆਂ ਵੀ ਪੇਪਰ ਜਿਹੜੇ ਪੀਟਰ ਪਲਸ ਵੀ ਪੋਸਟਪੋਨ ਕਿਉਂ ਕਰ ਰਹੀ ਹੈ ਸੋ ਦਾ ਮੇਨ ਰੀਜ਼ਨ ਜੋ ਪਤਾ ਲੱਗਾ ਐਸ ਪਰ ਦੀ ਸੋਰਸਸ ਉਹੀ ਹੈ ਕਿ ਜਿਹੜਾ ਪੰਜਾਬੀ ਹੈ ਮਤਲਬ ਕੁਝ ਤਾਂ ਪਿੱਛੇ ਜੇ ਪਤਾ ਲੱਗਾ ਸੀ ਕੁਝ ਟੈਕਨੀਕਲਿਟੀਆਂ ਵੀ ਹੈ ਕੁਝ ਫਾਈਨੈਂਸ਼ੀਅਲ ਰੀਜ਼ਨਸ ਵੀ ਹੈ ਜਿਹਦੇ ਕਰਕੇ ਕੁਝ ਹੋ ਰਿਹਾ ਹੈ ਪੋਸਟਪੋਨ ਬਟ ਜੋ ਹੁਣ ਤੱਕ ਮਤਲਬ ਇੱਕ ਕਨਫਰਮਡ ਹੀ ਟਾਈਪ ਹੀ ਨਿਊਜ਼ ਹੈ ਮਿਲੀ ਹੈ ਵੀ ਜਿਹੜੀ ਮਤਲਬ ਪੰਜਾਬੀ ਦਾ ਪੇਪਰ ਹੈ ਕੰਪਲਸਰੀ ਕਰਨ ਜਾ ਰਹੇ ਨੇ ਪੰਜਾਬੀ ਜ ਦਾ ਤੇ ਸੈਕਿੰਡ ਪੇਪਰ ਉਹਦਾ ਉਹੀ ਮੰਨਿਆ ਜਾਊਗਾ ਜੇ ਉਹਦਾ ਕਲੀਅਰ ਹੋਊਗਾ ਤੇ ਠੀਕ ਹੈ ਸੋ ਔਰ ਈਟੀਟੀ ਦਾ ਤੁਸੀਂ ਪੇਪਰ ਦੇਖਿਆ ਹੋਊਗਾ ਪੇਪਰ ਏ ਲਗਭਗ ਮੈਨੂੰ ਲੱਗਦਾ ਵੀ ਮੰਨ ਕੇ ਚੱਲੋ ਵੀ ਸਿਲੇਬਸ ਉਸ ਤੋਂ ਥੱਲੇ ਤਾਂ ਨਹੀਂ ਹੁੰਦਾ ਠੀਕ ਹੈ ਸੋ ਆਪਣੀ ਪ੍ਰੈਪਰੇਸ਼ਨ ਉਸ ਹਿਸਾਬ ਦੇ ਨਾਲ ਤੁਸੀਂ ਕਰੋ ਤੇ ਪੇਪਰ ਪੋਸਟਪੋਨ ਹੋਣ ਦਾ ਮੇਨ ਰੀਜ਼ਨ ਇਹੀ ਮੰਨਿਆ ਜਾ ਰਿਹਾ ਤੇ ਇਹਦਾ ਇਹ ਨਹੀਂ ਆ ਸਮਝੋਗੇ ਅਸੀਂ ਪੜਨਾ ਛੱਡ ਦਈਏ ਜਾਂ ਪੇਪਰ ਬਹੁਤ ਜ਼ਿਆਦਾ ਡਿਲੇ ਹੋਗਾ ਬਹੁਤ ਜ਼ਿਆਦਾ ਡਿਲੇ ਨਹੀਂ ਹੋਊਗਾ ਠੀਕ ਹੈ ਜੇਕਰ ਮਤਲਬ ਜਨਵਰੀ ਵਾਲੇ ਪੇਪਰ ਆ ਤਾਂ ਮਾਰਚ ਤੱਕ ਹੋ ਜਾਣਗੇ ਮੋਸਟ ਪ੍ਰੋਬੇਬਲੀ ਤੇ ਤੁਸੀਂ ਉਹ ਉਸ ਹਿਸਾਬ ਦੇ ਨਾਲ ਆਪਣੀ ਜਿਹੜੀ ਪ੍ਰੈਪਰੇਸ਼ਨ ਆ ਉਹਨੂੰ ਰੱਖੋ ਕੰਟੀਨਿਊ ਰੱਖੋ ਤੇ ਦੂਸਰੀ ਗੱਲ ਟੈਸਟ ਸੀਰੀਜ਼ ਲਈ ਤੁਸੀਂ ਪੁੱਛ ਰਹੇ ਸੀਗੇ ਸੋ ਤੁਸੀਂ Google Play Store ਤੋਂ Fateh Educom ਦੀ ਜਿਹੜੀ ਹੈ ਉਹ ਐਪ ਡਾਊਨਲੋਡ ਕਰ ਸਕਦੇ ਹੋ 500 ਦੇ ਵਿੱਚ ਤੁਹਾਨੂੰ ਡੇਲੀ ਬੇਸਿਸ ਤੇ ਬਹੁਤ ਸਾਰੇ ਟੈਸਟ ਜਿਹੜੇ ਮਿਲਦੇ ਰਹਣਗੇ ਲਗਭਗ ਲਗਾਤਾਰ ਤੁਹਾਨੂੰ ਐਗਜ਼ਾਮ ਤੱਕ ਜਿਹੜੇ ਟੈਸਟ ਮਿਲਿਆ ਕਰਨਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਉਹਨੂੰ ਇੱਕ ਵਾਰੀ ਡਾਊਨਲੋਡ ਕਰਕੇ ਤੇ ਬਾਕੀ ਜੇ ਕੋਈ ਕੁਰੀ ਹੈਗੀ ਹੈ ਤੇ ਤੁਸੀਂ ਉਹਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਆਲ ਦੀ ਬੈਸਟ ਨਵੇਂ ਸਾਲ ਦੀਆਂ ਮੁਬਾਰਕਾਂ ਧੰਨਵਾਦ